ਸ਼ਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਕੁਝ ਕੁਐਸਚਨ ਆ ਰਹੇ ਤੇ ਜਿਹੜੇ ਮੈਨੂੰ ਲੱਗਿਆ ਜੀ ਤੁਹਾਨੂੰ ਦੱਸਣੇ ਜ਼ਰੂਰੀ ਨੇ ਜੀ ਠੀਕ ਹੈ ਕਮੈਂਟ ਆ ਰਹੇ ਤੇ ਜਿਸ ਕਾਰਨ ਮੈਨੂੰ ਇਹ ਵੀਡੀਓ ਬਣਾਉਣੀ ਪਈ ਤੇ ਬਾਕੀ ਮੈਨੂੰ ਆਏ ਸੀ ਵੀ ਇੱਕ ਬੱਚੇ ਨੂੰ ਦੱਸਣ ਦੀ ਇਹ ਗੱਲ ਨਹੀਂ ਹੈ ਸਾਰਿਆਂ ਨੂੰ ਦੱਸਣਾ ਜ਼ਰੂਰੀ ਹੈ ਇਹ ਗੱਲਾਂ ਠੀਕ ਹੈ ਕਿਸੇ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਕੁਝ ਕੁਐਸਚਨ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਡੋਪ ਟੈਸਟ ਹੋਵੇਗਾ ਕੱਦ ਹਾਈਟ ਦੇ ਨੰਬਰ ਮਿਲਣਗੇ ਕਿ ਨਹੀਂ ਲੰਬੀ ਸ਼ਾਲ ਦੇ ਨੰਬਰ ਲੱਗਣਗੇ ਕਿ ਨਹੀਂ ਤੇ ਜਿਨ੍ਹਾਂ ਦਾ ਸਭ ਕੁਝ ਮਤਲਬ ਪੂਰਾ ਹੈ ਤੇ ਜਿਨ੍ਹਾਂ ਦਾ ਨਹੀਂ ਪੂਰਾ ਉਹਨਾਂ ਦੇ ਬਾਰੇ ਵੀ ਡਿਟੇਲ ਦੇਵਾਂਗੇ ਕੀ ਬਣੂਗਾ ਉਹਨਾਂ ਦਾ ਠੀਕ ਹੈ ਪਹਿਲਾਂ ਤਾਂ ਤੁਹਾਨੂੰ ਜੇ ਤੁਸੀਂ ਚੰਗੀ ਤਰ੍ਹਾਂ ਅਫੀਸ਼ੀਅਲ ਨੋਟੀਫਿਕੇਸ਼ਨ ਇਹ ਪੜ ਲਓ ਨਾ ਤਾਂ ਤੁਹਾਨੂੰ ਪੁੱਛਣ ਦੀ ਅਸਲ ਤਾਂ ਲੋੜ ਹੀ ਨਹੀਂ ਪਊਗੀ ਠੀਕ ਹੈ ਜੀ ਬਾਕੀ ਚਲੋ ਕੋਈ ਗੱਲ ਨਹੀਂ ਤੁਹਾਡੀ ਸਹਾਇਤਾ ਲਈ ਅਸੀਂ ਹੈਗੇ ਆਂ ਜਰੂਰ ਤੁਹਾਨੂੰ ਫੁੱਲ ਜਾਣਕਾਰੀ ਦੇਵਾਂਗੇ 100% ਸਹੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਪਹਿਲਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਚਲਦੇ ਜਿੱਥੇ ਤੁਹਾਡੇ ਸਾਰੇ ਕੁਐਸਚਨਾਂ ਦੇ ਹੱਲ ਕਰਾਂਗੇ ਜੀ ਆਪਾਂ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਪੰਜਾਬ ਪੁਲਿਸ ਕਨਸਟੇਬਲ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਹੁਣ ਆਪਾਂ ਤੁਹਾਡੇ ਜਿਹੜੇ ਇਹ ਕੁਐਸਚਨ ਨੇ ਜੀ ਇਹਨਾਂ ਬਾਰੇ ਗੌਰ ਕਰਾਂਗੇ ਹੁਣ ਤੁਸੀਂ ਦੇਖਿਓ ਬਾਈਜ਼ ਇੱਕ ਇੱਕ ਕਰਕੇ ਤੁਹਾਡੇ ਸਾਰੇ ਕੁਐਸਚਨ ਦੇ ਆਨਸਰ ਇਹਦੇ ਵਿੱਚੇ ਮਿਲਣਗੇ ਜੀ ਤੁਹਾਨੂੰ ਠੀਕ ਹੈ ਜੀ ਤੇ ਚਲੋ ਆਪਾਂ ਚੱਲਦੇ ਹਾਂ ਤੁਸੀਂ ਸਿਲੈਕਸ਼ਨ ਪ੍ਰੋਸੈਸ ਤਾਂ ਤੁਹਾਨੂੰ ਦੇਖ ਹੀ ਲਿਆ ਹੋਣਾ ਜੀ ਠੀਕ ਹੈ ਵੀ ਕੀ ਕੁਝ ਹੋਊਗਾ ਜੀ ਅੱਗੇ ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਡਾਕੂਮੈਂਟ ਸਿਕਿਉਰਿਟੀ ਤਾਂ ਪਹਿਲਾਂ ਨੰਬਰ ਦਾ ਆਪਣੇ ਡਾਕੂਮੈਂਟ ਪੂਰੇ ਕਰ ਲਓ ਠੀਕ ਹੈ ਜੀ ਕੋਈ ਵੀ ਕੋਈ ਡਾਕੂਮੈਂਟ ਰਹਿੰਦਾ ਡਾਕੂਮੈਂਟ ਦੀ ਵੀਡੀਓ ਆਪਾਂ ਨੇ ਬਣਾ ਦਿੱਤੀ ਹੈ ਜੀ ਤੁਸੀਂ ਉੱਥੇ ਜਾ ਕੇ ਤੁਸੀਂ ਡਾਕ ਦੇਖ ਸਕਦੇ ਹੋ ਠੀਕ ਹੈ ਜੀ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਹੈ ਐਕਸ ਸਰਵਿਸ ਮੈਨ ਤੋਂ ਲੈ ਕੇ ਜਰਨਲ ਐਸ ਸੀ ਬੀ ਸੀ ਏ ਟੂ ਜ਼ेड ਕੈਟਾਗਰੀ ਦੇ ਅਪਾ ਨੇ ਬਣਾ ਦਿੱਤੇ ਨੇ ਜੀ ਠੀਕ ਹੈ ਤੇ ਇੱਕ ਆਪਣਾ ਜਿਹੜੀ ਵੀਡੀਓ ਜਿਹਨੂੰ ਲਾਈਕ ਕਰ ਦਿਓ ਠੀਕ ਹੈ ਜੀ ਲਾਈਕ ਬਹੁਤ ਘੱਟ ਜਣੇ ਕਰਦੇ ਨੇ ਜੀ ਇੱਕ ਗੁਜਾਰਸ਼ ਹੈ ਜੀ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਬਹੁਤ ਮਿਲਦਾ ਜੀ ਤੁਹਾਡੇ ਇੱਕ ਲਾਈਕ ਨਾਲ ਠੀਕ ਹੈ ਜੀ ਤੇ ਚਲੋ ਆਪਾਂ ਜਿਹੜਾ ਮੇਨ ਚੱਲਦੇ ਆਂ ਡਾਕੂਮੈਂਟ ਤਾਂ ਆਏ ਚੁੱਕੇ ਨੇ ਜੀ ਠੀਕ ਹੈ ਹੁਣ ਦੇਖ ਲੈ ਨਹੀਂ ਆ ਤੁਸੀਂ ਦੇਖ ਸਕਦੇ ਹੋ ਜੀ ਹੁਣ ਫਿਜ਼ੀਕਲ ਸਟੈਂਡਰਡ ਇਹਦੇ ਵਿੱਚ ਕੀ ਚਾਹੀਦਾ ਹੈ ਆਪਾਂ ਨੂੰ ਕੀ ਲਿਖਿਆ ਹੈ ਇਹਨਾਂ ਨੇ ਡਿਟੇਲ ਦੇ ਵਿੱਚ ਪੜ ਲੈਣਾ ਓਨਲੀ ਇਹਨਾਂ ਨੇ 5 ਫੁੱਟ 7 ਇੰਚ ਮੇਲ ਵਾਸਤੇ ਫੀਮੇਲ ਲਈ 5 ਫੁੱਟ 2 ਇੰਚ ਕੱਦ ਮੰਗਿਆ ਜੀ ਠੀਕ ਹੈ ਰਿਕੁਆਇਰਡ ਕਰਿਆ ਮਤਲਬ ਤੁਹਾਨੂੰ ਸਿਰਫ ਇਹ ਪੂਰਾ ਕਰਨਾ ਹੈ ਇਸ ਤੋਂ ਉੱਪਰ ਹੋਵੇ ਇਹਨਾਂ ਨੂੰ ਤਾਂ ਵੀ ਕੋਈ ਤੁਹਾਨੂੰ ਕੋਈ ਨੰਬਰ ਨਹੀਂ ਮਿਲਣਾ ਜੀ ਠੀਕ ਹੈ ਜੇ ਇਸ ਤੋਂ ਘੱਟ ਹੋਇਆ ਤਾਂ ਤੁਹਾਨੂੰ ਮਤਲਬ ਸਿਲੈਕਸ਼ਨ ਨਹੀਂ ਹੋਣੀ ਠੀਕ ਹੈ ਜੀ ਜੇ ਦੇਖੋ ਅੱਧਾ ਪੌਣਾ ਇੰਚ ਦਾ ਦਾ ਫਰਕ ਪੈ ਸਕਦਾ ਉਹ ਘੱਟ ਵੱਧ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਦੇਖੋ ਜਿਆਦਾ ਫਰਕ ਤਾਂ ਨਹੀਂ ਪੈਣਾ ਵੀ ਮਤਲਬ ਉਸ ਤੋਂ ਬਾਅਦ ਅੱਗੇ ਤੁਹਾਨੂੰ ਦੱਸ ਉਸ ਤੋਂ ਬਾਅਦ ਸੈਕੰਡ ਸਟੇਜ ਵਾਸਤੇ ਡਾਕੂਮੈਂਟ ਸਿਕਿਉਰਿਟੀ ਸਿਕਿਉਰਿਟੀ ਲਈ ਵਾਸਤੇ ਕੀ ਹੈ ਜੀ ਨਵੇਂ ਤੁਹਾਡੇ ਐਡਮਿਟ ਕਾਰਡ ਜਾਰੀ ਹੋਣਗੇ ਜੀ ਠੀਕ ਹੈ ਨਵੇਂ ਸੈਕੰਡ ਸਟੇਜ ਦੇ ਠੀਕ ਹੈ ਇਹ ਜ਼ਰੂਰੀ ਹੈ ਜੀ ਇਹ ਧਿਆਨ ਚ ਰੱਖਣਾ ਤੁਹਾਨੂੰ ਉਸ ਤੋਂ ਬਾਅਦ ਅੱਗੇ ਕੀ ਹੈ ਜੀ ਤੁਹਾਨੂੰ ਦਿਖਾ ਦਿੰਨੇ ਆ ਐਡਮਿਟ ਕਾਰਡ ਤੁਸੀਂ ਦੇਖ ਸਕਦੇ ਹੋ ਸਟੇਜ 2 ਦੇ ਐਡਮਿਟ ਕਾਰਡ ਲੱਗ ਹੋਣਗੇ ਡਾਕੂਮੈਂਟ ਸੈਕਿਉਰਿਟੀ ਦੀ ਤੋਂ ਬਾਅਦ ਤੁਹਾਨੂੰ ਦੇਖ ਸਕਦੇ ਹੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੈ। ਹਾ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਤੋਂ ਬਾਅਦ ਜਿਹੜਾ ਕਦ ਕਦ ਮਿੰਨ ਕੇ ਜੀ ਉਸ ਤੋਂ ਬਾਅਦ ਕੀ ਹੋ ਜੀ ਫਿਜ਼ੀਕਲ ਸਕਰੀਨਿੰਗ ਟੈਸਟ ਇਹਦੇ ਵਿੱਚ ਕੀ ਕੁਸ਼ ਹੈ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ ਮੇਲ ਵਾਸਤੇ ਤੁਸੀਂ ਦੇਖ ਸਕਦੇ ਹੋ 1600 ਮੀਟਰ ਰੇਸ ਹੈ ਜੀ। ਇਹ ਸਿਰਫ ਉਹਨੂੰ ਤੁਹਾਨੂੰ ਮੇਨ ਗੱਲ ਹੈ ਜੀ ਇਹ ਸਿਰਫ ਉਹਨ ਲਈ ਇੱਕ ਚਾਂਸ ਮਿਲੂਗਾ ਸਿਰਫ ਕੁਆਲੀਫਾਈ ਕਰਨਾ ਤੁਹਾਨੂੰ ਠੀਕ ਹੈ ਰੇਸ ਕੁਝ ਵੀ ਹੋ ਗਿਆ ਜਿਹੜਾ ਤੁਹਾਡਾ ਹਾਈ ਜੰਪ ਹੈ ਇਹ ਓਨਲੀ ਤੁਹਾਨੂੰ ਕੁਆਲੀਫਾਈ ਕਰਦਾ ਹੈ। ਉਹਨਾਂ ਨੂੰ ਇੱਕ ਵਾਰ ਪੂਰਾ ਕਰਕੇ ਦੇਣਾ ਉਸ ਤੋਂ ਬਾਅਦ ਕੋਈ ਵੀ ਇਹਦੇ ਜੇ ਪਤਾ ਨੇ ਵੱਧ ਲੰਬੀ ਛਾਲ ਮਾਰੀ ਜਾਂ ਛੋਟੀ ਮਾਰੀ ਛਾਲ ਤਾਂ ਉਹਦੇ ਕੋਈ ਵੀ ਨੰਬਰ ਨਹੀਂ ਮਿਲਣਗੇ ਜੀ ਤੁਹਾਨੂੰ ਠੀਕ ਹੈ ਇਸੇ ਤਰ੍ਹਾਂ ਤੁਸੀਂ ਅੱਗੇ ਦੇਖ ਸਕਦੇ ਹੋ ਸਿਰਫ ਕੁਆਲੀਫਾਈ ਕਰਨ ਵਾਸਤੇ ਕਿਹਾ ਗਿਆ ਠੀਕ ਹੈ ਜੀ ਕੋਈ ਵੀ ਇਹਦੇ ਵਿੱਚ ਹੋਰ ਕੁਝ ਨਹੀਂ ਦੱਸਿਆ ਗਿਆ ਤੁਸੀਂ ਸਾਰਾ ਪੜ੍ਹ ਲਿਆ ਜੀ ਆਪਾਂ ਨੇ ਕੋਈ ਵੀ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਵੀ ਤੁਹਾਡੇ ਨੰਬਰ ਲੱਗਣਗੇ ਠੀਕ ਹੈ ਇਹ ਮੈਂ ਗੱਲ ਮੰਨ ਸਕਦਾ ਤੁਹਾਡੀ ਇਸ एफए ਦੇ ਵਿੱਚ ਕੋਈ ਵੀ ਇਹੋ ਜਿਹਾ ਕੁਝ ਨਹੀਂ ਦਿੱਤਾ ਗਿਆ ਜਿਹੜਾ ਤੁਹਾਨੂੰ ਮਤਲਬ ਵਾਂਗ ਕਹਿਦੀ ਹੈ ਜੀ ਵੀ ਡੋਪ ਟੈਸਟ ਮੇਨ ਡੋਪ ਟੈਸਟ ਦਾ ਵੀ ਹੈ ਇਹਦੇ ਵਿੱਚ ਕੋਈ ਵੀ ਡੋਪ ਟੈਸਟ ਬਾਰੇ ਵੀ ਕੋਈ ਵੀ ਕੁਝ ਨਹੀਂ ਲਿਖਿਆ ਗਿਆ ਵੀ ਡੋਪ ਟੈਸਟ ਹੋਊਗਾ ਕਿ ਨਹੀਂ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਲਾਸਟ ਦੇ ਵਿੱਚ ਮਿਲੇ ਚੁੱਕੇ ਸਾਰੇ ਜਿਹੜਾ ਅਨਸਰ ਟੈਸਟ ਡੋਪ ਟੈਸਟ ਦੇਖੋ ਹੁੰਦਾ ਤਾਂ ਹੈ ਨਹੀਂ ਫਿਰ ਵੀ ਤੁਹਾਨੂੰ ਬਚਾਓ ਵਾਸਤੇ ਦੇਖੋ ਕੋਈ ਵੀ ਠੀਕ ਹੈ ਜਿਹਦਾ ਮਾੜਾ ਮੋਟਾ ਬਿਮਾਰ ਹੋਣ ਦਾ ਤਾਂ ਗੋਲੀ ਲੈ ਲਓ ਠੀਕ ਹੈ ਜੀ ਨਹੀਂ ਹਲੇ ਕੋਈ ਵੀ ਗੋਲੀ ਲੈਣ ਦੀ ਲੋੜ ਨਹੀਂ ਉਸ ਤੋਂ ਬਾਅਦ ਕੱਦ ਹਾਈਟ ਦੇ ਕੋਈ ਨੰਬਰ ਨਹੀਂ ਮਿਲਣੇ ਠੀਕ ਹੈ ਜੇ ਉਹਨੇ ਕੁਆਲੀਫਾਈ ਕਰਨਾ ਤਾਂ ਉਹਨੇ ਲੰਬੀ ਸ਼ਾਲ ਦੇ ਕੋਈ ਨੰਬਰ ਨਹੀਂ ਮਿਲਣੇ ਸਿਰਫ ਕੁਆਲੀਫਾਈ ਹੋਣਾ ਉਸ ਤੋਂ ਬਾਅਦ ਜਿਹਦਾ ਸਭ ਕੁਝ ਪੂਰਾ ਹੋਊਗਾ ਉਹੀ ਅੱਗੇ ਜਾਊਗਾ ਜੀ ਜਿਨ੍ਹਾਂ ਦਾ ਪੂਰਾ ਨਹੀਂ ਹੈਗਾ ਉਹਨੂੰ ਠੀਕ ਹੈ ਜੀ ਭੇਜ ਦੇਣਗੇ ਜੀ ਘਰੇ ਮਤਲਬ ਕੋਈ ਵੀ ਉਹਨਾਂ ਨੂੰ ਦੁਬਾਰੋਂ ਚਾਂਸ ਨਹੀਂ ਮਿਲਣਾ ਠੀਕ ਹੈ ਜੀ ਤਾਂ ਕਰਕੇ ਆਪਣੀ ਫੁੱਲ ਤਿਆਰੀ ਖਿੱਚੋ ਫਿਜ਼ੀਕਲ ਵਾਸਤੇ ਤਾਂ ਬਹੁਤ ਬਹੁਤ ਧੰਨਵਾਦ ਜੇ ਕੋਈ ਹੋਰ ਵੀ ਕੁਐਸਚਨ ਹੈ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਜੀ ਤੇ ਟੈਲੀਗ੍ਰam ਚ